ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਯਮ ਸਟੱਡੀ ਵਿਦ ਜੋਬ ਅਲਰਟ ਤੇ ਸੋ ਅੱਜ ਦੀਆਂ ਨਵੀਆਂ ਅਸਾਮੀਆਂ ਨਵਾਂ ਇਸ਼ਤਿਹਾਰ ਵੱਖ-ਵੱਖ ਵਿਭਾਗਾਂ ਦੇ ਵਿੱਚ ਜੋ ਪੋਸਟਾਂ ਆਊਟ ਹੋਈਆਂ ਨੇ ਕਦੋਂ ਤੱਕ ਅਪਲਾਈ ਕਰਨਾ ਹੈ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਸੋ ਕਿਹੜੇ-ਕਿਹੜੇ ਡਿਪਾਰਟਮੈਂਟ ਦੇ ਵਿੱਚ ਇਹ ਪੋਸਟਾਂ ਆਊਟ ਹੋਈਆਂ ਨੇ ਸੋ ਡੇਲੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ ਤਾਂ ਸ਼ੇਅਰ ਕਰ ਦਿਓ ਜੀ ਇਹ ਪੋਸਟਾਂ ਨਾਲ ਸੰਬੰਧਿਤ ਪੂਰੀ ਜਾਣਕਾਰੀ ਤਾਂ ਪਹਿਲਾ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਰੀਅਲ ਸਟੇਟ ਰੈਗੂਲੇਟਰੀ ਅਥਾਰਟੀ ਆਫ ਪੰਜਾਬ ਪਹਿਲੀ ਮੰਜ਼ਲ ਬਲਾਕ ਬੀ ਪਲਾਟ ਨੰਬਰ 3 ਮੱਧਿਆਮਾਰਗ ਸੈਕਟਰ 18 ਸੋ ਇਹ ਪੋਸਟਾਂ ਇਹਦੇ ਵਿੱਚ ਜਿਹੜੀਆਂ ਭਰਤੀ ਸੂਚਨਾ ਹੈ ਉਹ ਜਾਰੀ ਕੀਤੀ ਗਈ ਹੈ ਉੱਪਰ ਵੈਬਸਾਈਟ ਵੀ ਦਿੱਤੀ ਗਈ ਹੈ ਤਾਂ ਜਰੂਰ ਨੋਟ ਕਰ ਲਿਓ ਦੇ ਰੀਅਲ ਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ ਦੁਆਰਾ ਲਾਜ਼ਮੀ ਯੋਗਤਾ ਅਤੇ ਤਜਰਬਾ ਰੱਖਦੇ ਹੋਏ ਉਮੀਦਵਾਰਾਂ ਤੋਂ ਅਸਾਮੀਆਂ ਲਈ ਬਿਨੇ ਪੱત્રਾਂ ਦੀ ਮੰਗ ਕੀਤੀ ਜਾਂਦੀ ਹੈ ਯੋਗਤਾਵਾਂ ਤਜਰਬਾ ਅਤੇ ਚੋਣ ਮਾਪਦੰਡ ਆਦ ਸਹਾਇਤ ਨਿਰਧਾਰਤ ਪਰਫਾਰਮਾ ਲਈ ਤੈ ਇਹਨਾਂ ਦੀ ਵੈਬਸਾਈਟ ਹੈ www.recruitment.portal.in ਇਹ ਤੁਸੀਂ ਜਰੂਰ ਓਪਨ ਕਰ ਲਿਓ ਕੇਂਦਰ ਜਾਂ ਰਾਜ ਸਰਕਾਰ ਜਾਂ ਉਹਨਾਂ ਦੀ ਵਿਧਾਨਿਕ ਖੁਦਮਖਤਿਆਰ ਸੰਸਥਾਵਾਂ ਵਿੱਚ ਕੰਮ ਕਰਦੇ ਵਿਅਕਤੀ ਆਪਣੀ ਕੰਟਰੋਲਿੰਗ ਅਥਾਰਟੀ ਜ਼ਰਾ ਹੀ ਡੈਪੂਟੇਸ਼ਨ ਲਈ ਬਿਨੇ ਕਰ ਸਕਦੇ ਨੇ ਆਪਣੇ ਬਿਨੇ ਪੱਤਰ ਦੀ ਐਡਵਾਂਸ ਕਾਪੀ ਅਥਾਰਟੀ ਨੂੰ ਭੇਜੀ ਜਾਣੀ ਚਾਹੀਦੀ ਹੈ ਜੋ ਬਾਵਲੇ ਦੇ ਵਿੱਚ ਨੇ ਤਾਂ ਉਹਨਾਂ ਨੂੰ ਅਸਲ ਵਿੱਚ ਅਥਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਮੌਜੂਦਾ ਨਿਯੋਜਕ ਤੋਂ ਇੱਕ ਐਨਓਸੀ ਜਮਾ ਕਰਨਾ ਹੋਵੇਗਾ ਸੇਵਾਮੁਕਤ ਕਰਮਚਾਰੀ ਜੋ ਸਰਕਾਰੀ ਕਰਮਚਾਰੀ ਨੇ ਸਹਿਤ ਅਤੇ ਉਮੀਦਵਾਰ ਠੇਕੇ ਤੇ ਨਿਯੁਕਤ ਕੀਤੇ ਜਾਣਗੇ ਅਤੇ ਉੱਕਾ-ਪੁੱਕਾ ਮਹਿੰਦਾਨੇੜਾ ਕੀਤਾ ਜਾਏਗਾ ਸੋ ਅਸਾਮੀਆਂ ਕਿਹੜੀਆਂ-ਕਿਹੜੀਆਂ ਨੇ ਐਗਜ਼ੀਕਿਊਟਿਵ ਲੀਗਲ ਇਹਦੀ ਇੱਕ ਪੋਸਟ ਹੈ ਉੱਕਾ-ਪੁੱਕਾ ਤੁਹਾਨੂੰ ਤਨਖਾਹ ਜਿਹੜੀ 45000 ਰੁਪਏ ਦਿੱਤੀ ਜਾਏਗੀ ਤੁਹਾਡੀ ਫੀਸ ਹੈ ਜਿਹੜੀ ਆਨਲਾਈਨ ਬਿਨੈ ਪੱਤਰ ਉਹ 300 ਰੁਪਏ ਦੂਸਰੀ ਪੋਸਟ ਹੈ ਐਗਜ਼ੀਕਿਊਟਿਵ ਜਨਰਲ ਇਹਦੀ ਵੀ ਇੱਕ ਪੋਸਟ ਹੈ। ਉਹ ਕਾ ਪੁੱਕਾ ਤਨਖਾਹ 45000 ਹੈ। 300 ਰੁਪਿਆ ਤੁਹਾਡੀ ਅਪਲਾਈ ਦੀ ਫੀਸ ਹੈ। 31 11 2021 ਸ਼ਾਮ ਦੇ 5 ਵਜੇ ਤੱਕ ਜਾਂ ਇਸ ਤੋਂ ਪਹਿਲਾਂ ਕੇਵਲ ਆਨਲਾਈਨ ਜਿਹੜੇ ਤੁਹਾਡੇ ਬਿਨੈ ਪੱਤਰ ਹੈ ਉਹ ਸਵੀਕਾਰ ਕੀਤੇ ਜਾਣਗੇ। 31 11 2021 ਇਸ ਤਰੀਕ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਜੋ ਵੀ ਉਮੀਦਵਾਰ ਹੈ ਤਾਂ ਇਹਦੀ ਉਮਰ ਹੈ ਜਿਹੜੀ 63 ਸਾਲਾਂ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਬਾਕੀ ਇਹਨਾਂ ਕੋਲੇ ਹੱਕ ਹੈ ਜਿਹੜਾ ਉਹ ਰੱਖਮ ਹੈ। ਭਰਤੀ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਪਰ ਇੱਕ ਲਾਈਨ ਹੁੰਦੀ ਹੈ ਇਦਾਂ ਕੁਝ ਨਹੀਂ ਹੁੰਦਾ ਜੋ ਵੀ ਇਹ ਵੈਕੈਂਸੀਆਂ ਤੇ ਅਪਲਾਈ ਕਰਨਾ ਚਾਹੁੰਦੇ ਨੇ ਅਪਲਾਈ ਕਰ ਸਕਦੇ ਨੇ ਅਗਲੀਆਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅਗਲੀਆਂ ਪੋਸਟਾਂ ਨੇ ਚੰਡੀਗੜ੍ਹ ਦੇ ਵਿੱਚ ਰੈਗੂਲਰ ਅਸਿਸਟੈਂਟ ਦੀਆਂ ਚੰਡੀਗੜ੍ਹ ਚ ਅਸਿਸਟੈਂਟ ਤੇ ਪ੍ਰੋਫੈਸਰ ਦੀ ਨੌਕਰੀ ਜੋ ਲੈਣ ਦੇ ਇੱਛੁਕ ਨੌਜਵਾਨ ਨੇ ਤਾਂ ਸ਼ਹਿਰ ਦੇ ਸੈਕਟਰ 32 ਸਬੰਥ ਐਚ ਡੀ ਕਾਲਜ ਚ ਰੈਗੂਲਰ ਤੌਰ ਤੇ ਅਸਿਸਟੈਂਟ ਪ੍ਰੋਫੈਸਰ ਲਈ ਅਰਜ਼ੀ ਮੰਗੀਆਂ ਗਈਆਂ ਨੇ ਆਰਟਸ ਤੋਂ ਇਲਾਵਾ ਸਾਇੰਸ ਮੈਨੇਜਮੈਂਟ ਵਿਸ਼ਿਆਂ 'ਚ ਵੀ ਇਹ ਭਰਤੀ ਹੈ ਜਿਹੜੀ ਉਹ ਕੀਤੀ ਜਾਵੇਗੀ ਜੋ ਅਸਿਸਟੈਂਟ ਆਫ ਪ੍ਰੋਫੈਸਰ ਹੈ ਤਾਂ ਉਸ ਨੂੰ ਤਨਖਾਹ ਜਿਹੜੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨਰ UGC ਦੇ ਪੇ ਸਕੇਲ ਦੇ ਅਨੁਸਾਰ ਹੈ ਜਿਹੜੀ ਉਹ ਦਿੱਤੀ ਜਾਏਗੀ ਚੰਡੀਗੜ੍ਹ ਦੇ ਕਾਰਜਚ ਅਸਿਸਟੈਂਟ ਆਫ ਪ੍ਰੋਫੈਸਰ ਦੀ ਇਹ ਭਰਤੀ ਹੋਣ ਜਾ ਰਹੀ ਹੈ ਸੈਕਟਰ 32 ਸਥਿਤ ਨਾਰਥ ਰੀਜਨ ਦੇ ਟਾਪ ਕਾਲਜਾਂ ਸ਼ਾਮਲ ਐਸਡੀ ਕਾਲਜ ਨੇ ਵੱਖ-ਵੱਖ ਵਿਸ਼ਿਆਂ 'ਚ ਨੌ ਅਸਿਸਟੈਂਟ ਆਫ ਪ੍ਰੋਫੈਸਰ ਦੀਆਂ ਅਸਾਮੀਆਂ ਨੂੰ ਭਰਨ ਲਈ ਇਸ਼ਤਿਹਾਰ ਹੈ ਜਿਹੜਾ ਉਹ ਜਾਰੀ ਕੀਤਾ ਹੈ UGC NET ਅਤੇ PhD ਕਰ ਚੁੱਕੇ ਨੌਜਵਾਨ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਨੇ ਇਸ਼ਤਿਹਾਰ ਦੀ ਤਰੀਕ ਤੋਂ 30 ਦਿਨਾਂ ਦੇ ਅੰਦਰ-ਅੰਦਰ ਇਹਨਾਂ ਅਸਾਮੀਆਂ ਲਈ ਅਪਲਾਈ ਜਿਹੜਾ ਕਰਨਾ ਹੋਏਗਾ ਸੈਕਟਰ 32 ਦਿੱਤੋ ਗੋਸਵਾਮੀ ਗਣੇਸ਼ਦੱਤ ਸਨਾਤਨ ਧਰਮ ਐਸਡੀ ਕਾਲਜ ਚ ਨੌ ਵਿਸ਼ਿਆਂ ਲਈ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਹੋਵੇਗੀ ਇਹਨਾਂ ਵਿਸ਼ਿਆਂ ਚ ਮੈਨੇਜਮੈਂਟ ਦੀ ਇੱਕ ਸੀਟ కెਮਿਸਟਰੀ ਦੀਆਂ ਦੋ ਸੀਟਾਂ ਬਾਇਓਟੈਕਨੋਲੋਜੀ ਦੀ ਇੱਕ ਸੀਟ ਹਿੰਦੀ ਦੀ ਇੱਕ ਸੀਟ ਇਕਨੋਮਿਕਸ ਦੀ ਇੱਕ ਸੀਟ, ਗਣਿਤ ਦੀ ਇੱਕ ਸੀਟ, ਇਤਿਹਾਸ ਦੀ ਇੱਕ ਸੀਟ ਅਤੇ ਸੋਸ਼ੀਓਲੋਜੀ ਦੀ ਇੱਕ ਸੀਟ ਹੈ ਜਿਹੜੀ ਉਹ ਸ਼ਾਮਲ ਹੈ। ਕਮਰਸ ਦੇ ਦੇਸ਼ ਦੇ ਟੌਪ ਕਾਲਜਾਂ 'ਚ ਸ਼ਾਮਲ ਐਸਡੀ ਕਾਲਜ 'ਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਦੀ ਜਿਹੜਾ ਮੁਕਾਬਲਾ ਹੈ ਉਹ ਕਾਫੀ ਸਖਤ ਰਹਿੰਦਾ ਹੈ। ਸੁਫਾਰਮ ਵਗੈਰਾ ਫੀਸ ਵਗੈਰਾ ਕਿਸ ਤਰ੍ਹਾਂ ਜਮ੍ਹਾਂ ਕਰਵਾਉਣੀ ਹੈ? ਤੁਸੀਂ ਐਸਡੀ ਕਾਲਜ ਵੱਲੋਂ ਨੌਂ ਰੈਗੂਲਰ ਅਸਿਸਟੈਂਟ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਕਾਜ ਦੀ ਵੈੱਬਸਾਈਟ ਤੇ ਅਪਲਾਈ ਫਾਰਮ ਜਾਰੀ ਕਰ ਦਿੱਤਾ ਹੈ। ਸਾਰੀਆਂ ਯੋਗਤਾਵਾਂ ਨੂੰ ਪੂਰੀਆਂ ਕਰਨ ਵਾਲੇ ਬਿਨੇਕਾਰ ਨੂੰ ਪੂਰੀ ਤਰ੍ਹਾਂ ਭਰਿਆ ਹੋਇਆ ਫਾਰਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਡੀਨ ਕਾਲਜ ਡਿਵੈਲਪਮੈਂਟ ਕਾਉਂਸਲ ਕੋਲ ਰਜਿਸਟਰਡ ਪੋਸਟ ਜਾਂ ਖੁਦ ਜਾ ਕੇ ਜਮ੍ਹਾਂ ਕਰਵਾਉਣਾ ਹੋਵੇਗਾ ਜਾਨਕਿ ਤੁਹਾਨੂੰ ਸਾਈਟ ਤੋਂ ਫਾਰਮ ਡਾਊਨਲੋਡ ਕਰਨਾ ਪਵੇਗਾ ਅਰ ਜਿਸ ਸੰਬੰਧੀ ਫੀਸ ਅਤੇ ਹੋਰ ਜਾਣਕਾਰੀ ਜੋ ਇਹਨਾਂ ਦੀ ਵੈੱਬਸਾਈਟ ਹੈ ਤਾਂ ਇਹ ਇਹਨਾਂ ਦੀ ਵੈੱਬਸਾਈਟ ਹੈ www.ggdsc.ac.in ਇਸ ਤੇ ਦਿੱਤੀ ਗਈ ਇਹ ਸਰਚ ਕਰ ਲਿਓ ਇੱਥੇ ਹੀ ਤੁਹਾਨੂੰ ਸਭ ਕੁਝ ਪਤਾ ਚੱਲ ਜਾਏਗਾ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਚ ਐਸਸੀਐਸਟੀ ਅਤੇ ਦਿਵਿਆਂਗ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਅਤੇ ਯੂਟੀ ਆਈਡਮਨਿਸਟ੍ਰੇਸ਼ਨ ਵੱਲੋਂ ਜਾਰੀ ਗਾਈਡਲਾਈਨਸ ਦੇ ਹਿਸਾਬ ਨਾਲ ਕੋਟਾ ਜਿਹੜਾ ਉਹ ਵੀ ਦਿੱਤਾ ਜਾਏਗਾ ਕਾਲਜ ਨੇ ਵੱਖ-ਵੱਖ ਵਿਸ਼ਿਆਂ ਚ ਅਸਿਸਟੈਂਟ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਭਰਤੀ ਕੱਢੀ ਹੈ ਤਾਂ ਬਿਹਤਰ ਅਕੈਡਮਿਕਾ ਤੇ ਰਿਸਰਚ ਨਾਲ ਜੁੜੇ ਨੌਜਵਾਨਾਂ ਲਈ ਬਹੁਤ ਹੀ ਚੰਗਾ ਮੌਕਾ ਹੈ ਸੋ ਇਸ ਤੇ ਜਿਹੜਾ ਜੂ ਜੂ ਜੀਸੀ ਦੇ ਨਿਯਮ ਨੇ ਇਸ ਦੇ ਤਹਿਤ ਵੀ ਉਮੀਦਵਾਰਾਂ ਦੀ ਚੋਣ ਹੈ ਜਿਹੜੀ ਉਹ ਕੀਤੀ ਜਾਏਗੀ। ਅਗਲੇ ਪੋਸਟਾਂ ਦੀ ਗੱਲ ਕਰਦੇ ਹਾਂ ਨੀਤੀ ਆਯੋਗ ਦੇ ਵਿੱਚ ਜੋ ਪੋਸਟਾਂ ਆਊਟ ਹੋਈਆਂ ਨੇ ਤਾਂ ਨੀਤੀ ਆਯੋਗ ਨੇ ਜੰਗ ਪ੍ਰੋਫੈਸ਼ਨਲ ਸੀਨੀਅਰ ਕੰਸਲਟੈਂਟ ਪਬਲਿਕ ਪਾਲਿਸੀ ਸਪੈਸ਼ਲਿਸਟ ਗ੍ਰੇਡ 2 ਪਬਲਿਕ ਪਾਲਿਸੀ ਐਨਾਲਿਸਟ ਗ੍ਰੇਡ 1 ਪਬਲਿਕ ਪਾਲਿਸੀ ਐਨਾਲਿਸਟ ਗ੍ਰੇਡ 1 ਲਾ ਕੰਸਲਟੈਂਟ ਗ੍ਰੇਡ ਐਗਰੀਕਲਚਰ ਐਂਡ એનર્ਜੀ ਦੀਆਂ ਕੁੱਲ 24 ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਿਹੜਾ ਉਹ ਜਾਰੀ ਕੀਤਾ ਹੈ। ਇਹ ਸਾਰੀਆਂ ਅਸਾਮੀਆਂ ਕਮਿਸ਼ਨ ਵੱਲੋਂ ਠੇਕੇ ਤੇ ਭਰਤੀ ਕੀਤੀਆਂ ਜਾਣਗੀਆਂ ਸਾਰੀਆਂ ਅਸਾਮੀਆਂ ਲਈ ਠੇਕੇ ਦੀ ਮਿਆਦ ਨੀਤੀਯੋਗ ਦੁਆਰਾ ਜਾਰੀ ਕੀਤੀਆਂ ਗਿਆ ਅਸਾਮੀਆਂ ਦੇ ਅਨੁਸਾਰ ਵੱਖ-ਵੱਖ ਭਰਤੀ ਇਸ਼ਤਿਹਾਰਾਂ ਦੇ ਅਨੁਸਾਰ ਜਿਹੜੀ 2 ਸਾਲ ਦੀ ਹੋਵੇਗੀ ਤਾਂ ਜੋ ਵੀ ਉਮੀਦਵਾਰ ਇੰਟਰਸਟ ਰੱਖਦੇ ਨੇ ਤਾਂ ਨੀਤੀਯੋਗ ਭਰਤੀ ਲਈ ਅਧਿਕਾਰਤ ਵੈੱਬਸਾਈਟ ਹੈ ਇਹਨਾਂ ਦੀ niti.gov.in ਤੇ ਆਨਲਾਈਨ ਅਰਜੀ ਫਾਰਮ ਰਾਹੀਂ ਅਰਜੀ ਦੇ ਸਕਦੇ ਨੇ ਅਰਜੀ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਉਮੀਦਵਾਰ ਜਿਹੜਾ 30 ਨਵੰਬਰ 2021 ਤੱਕ ਆਪਣੀਆਂ ਅਰਜ਼ੀਆਂ ਜਿਹੜੀਆਂ ਆਨਲਾਈਨ ਜਮਾ ਕਰਵਾ ਸਕਦੇ ਨੇ ਅਰਜੀ ਪ੍ਰਕਿਰਿਆ ਦੇ ਤਹਿਤ ਉਮੀਦਵਾਰਾਂ ਨੂੰ ਪਹਿਲਾਂ ਰਜਿਸਟਰ ਕਰਨਾ ਹੋਵੇਗਾ ਫਿਰ ਆਪਣੇ ਵੀਰ ਬਿਆ ਨਾਲ ਲੌਗਇਨ ਕਰਕੇ ਉਮੀਦਵਾਰ ਆਪਣੀ ਅਰਜੀ ਜਮਾ ਕਰ ਸਕਣਗੇ ਇਹ ਬਿਨੇ ਕਰਨ ਤੋਂ ਬਾਅਦ ਉਮੀਦਵਾਰ ਨੂੰ ਅਰਜੀ ਦੀ ਸੌਫਟ ਕਾਪੀ ਸੁਰੱਖਿਆ ਤੇ ਜਿਹੜੀ ਰੱਖਣੀ ਹੋਵੇਗੀ ਅਗਲੇ ਪੋਸਟਾਂ ਨੇ ਬੀਐਸਐਫ ਦੇ ਵਿੱਚ ਜੋ ਬਾਰਡਰ ਸਕਿਉਰਿਟੀ ਫੋਰਸ ਹੁੰਦੀ ਹੈ ਗੁਰਪਸੀ ਦੀਆਂ ਸੀਮਾ ਸੁਰੱਖਿਆ ਬਲ ਚ ਜਿਹੜੀਆਂ ਕੌਨਸਟੇਬਲ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਉਮੀਦਵਾਰ ਜੋ ਵੀ ਨੇ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਨੇ ਇੰਜੀਨੀਅਰਿੰਗ ਸੈਟਅਪ ਚ ਐਸਆਈ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਦੀਆਂ ਪੋਸਟਾਂ ਤੇ ਭਰਤੀ ਲਈ ਇਸ਼ਤਿਹਾਰ ਹੈ ਜਿਹੜਾ ਉਹ ਜਾਰੀ ਕੀਤਾ ਹੈ ਸੋ ਇਹ ਵਿਗਿਆਪਨ ਨੰਬਰ ਹੈ ਬੀਐਸਐਫ ਵੱਲੋਂ ਜੋ ਜਾਰੀ ਕੀਤਾ ਗਿਆ ਹੈ ਤਾਂ ਕੁੱਲ 72 ਪੋਸਟਾਂ ਤੇ ਭਰਤੀ ਕੀਤੀ ਜਾਣੀ ਹੈ ਇਹਨਾਂ ਚੋਂ 32 ਪੋਸਟਾਂ ਗੈਰ ਰੱਖਵੀਆਂ ਹਨ ਜਦਕਿ ਬਾਕੀ 40 ਪੋਸਟਾਂ ਈਡਬਲਯੂਐਸ ਓਬੀਸੀ ਐਸਈ ਐਸਟੀ ਵਰਗਾ ਦੇ ਉਮੀਦਵਾਰਾਂ ਲਈ ਰੱਖਵੀਆਂ ਨੇ ਜਿਹੜੀਆਂ ਰੱਖੀਆਂ ਗਈਆਂ ਨੇ ਤਾਂ ਅਪਲਾਈ ਪ੍ਰੋਸੈਸ ਜਿਹੜਾ ਬੀਐਸਐਫ ਗਰੁੱਪ ਸੀ ਭਰਤੀ ਲਈ ਅਪਲਾਈ ਦੀ ਪ੍ਰਕਿਰਿਆ 15 ਨਵੰਬਰ 2021 ਤੋਂ ਸ਼ੁਰੂ ਹੋ ਚੁੱਕੀ ਹੈ ਯਾਨੀ ਕਿ ਕੱਲ ਤੋਂ ਤਾਂ 29 ਦਸੰਬਰ 2021 ਤੱਕ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਸਬਮਿਟ ਕਰ ਸਕਦੇ ਹੋ ਅਪਲਾਈ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਆਨਲਾਈਨ ਹੈ ਉਮੀਦਵਾਰ ਬੀਐਸਐਫ ਦੀ ਅਧਿਕਾਰਤ ਭਰਤੀ ਪੋਰਟਲ ਤਾਂ ਇਹਨਾਂ ਦੀ ਪੋਰਟਲ ਸਾਈਟ ਹੈ rectt.bsf.gov.in ਤਾਂ ਇਸ ਤੇ ਜਾ ਕੇ ਅਪਲਾਈ ਕਰ ਸਕਦੇ ਨੇ ਦਾ ਅਪਲਾਈ ਪ੍ਰਕਿਰਿਆ ਦੇ ਜਿਹੜੇ ਤਿੰਨ ਪੜਾਅ ਨੇ ਵਨ ਟਾਈਮ ਤਾਂ ਪਹਿਲਾਂ ਤੁਹਾਡੀ ਰਜਿਸਟ੍ਰੇਸ਼ਨ ਹੋਏਗੀ ਫਿਰ ਤੁਹਾਡਾ ਫਾਰਮ ਫਿਲ ਹੋਏਗਾ ਤਾਂ ਫਿਰ ਪੇਮੈਂਟ ਸੋ ਤਿੰਨ ਪ੍ਰੋਸੈਸ ਦੇ ਵਿੱਚ ਤਿੰਨ ਸਟੈਪਾਂ ਦੇ ਵਿੱਚ ਤੁਸੀਂ ਇਹ ਵੈਕੈਂਸੀ ਲਈ ਅਪਲਾਈ ਕਰ ਸਕੋਗੇ ਤਾਂ ਅਗੇ ਸਾਮੀਆਂ ਦਾ ਵੇਰਵਾ ਐਸਆਈ ਡੀਐਮ ਗ੍ਰੇਡ 3 ਇਹਦੀ ਇੱਕ ਪੋਸਟ ਹੈ ਹੈੱਡ ਕਨਸਟੇਬਲ ਕਾਰਪੈਂਟਰ ਚਾਰ ਪੋਸਟਾਂ ਨੇ ਹੈੱਡ ਕਨਸਟੇਬਲ ਪਲੰਬਰ ਦੋ ਪੋਸਟਾਂ ਨੇ ਕਨਸਟੇਬਲ ਸੀਵਰਮੈਨ ਦੋ ਪੋਸਟਾਂ ਨੇ ਕੌਨਸਟੇਬਲ ਜਨਰਲ ਆਪਰੇਟਰ 24 ਪੋਸਟਾਂ ਨੇ ਕੌਨਸਟੇਬਲ ਜਨਰੇਟਰ ਮਕੈਨਿਕ 28 ਪੋਸਟਾਂ ਨੇ ਅਤੇ ਕੌਨਸਟੇਬਲ ਲਾਈਨਮੈਨ ਇਹਦੀਆਂ 11 ਪੋਸਟਾਂ ਜਿਹੜੀਆਂ ਆਊਟ ਹੋਈਆਂ ਨੇ ਸੋ ਇਹ ਹੁਣ ਤੱਕ ਦੀਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਨੇ ਜਿਹੜੀਆਂ ਆਊਟ ਹੋਈਆਂ ਨੇ ਬਾਕੀ ਅੱਗੇ ਜੋ ਪੋਸਟਾਂ ਆਉਣਗੀਆਂ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਸੋ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਸ ਵੀ ਉਮੀਦਵਾਰ ਤੱਕ ਇਹ ਜਾਣਕਾਰੀ ਨਹੀਂ ਪਹੁੰਚੀ ਉਹਦੇ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਕਾਫੀ ਉਮੀਦਵਾਰ ਹੁੰਦੇ ਨੇ ਨੀਅਰ ਹੁੰਦੇ ਨੇ ਨਾ ਡਿਪਾਰਟਮੈਂਟ ਦੇ ਜਾਂ ਵਿੱਚ ਹੀ ਕੰਮ ਕਰ ਰਹੇ ਹੁੰਦੇ ਆ ਤਾਂ ਉਹ ਵੀ ਅਪਲਾਈ ਕਰਨ ਦੇ ਇਚਕ ਹੁੰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਚੱਲਦਾ ਸੋ ਇਸ ਕਰਕੇ ਅੱਗੇ ਜ਼ਰੂਰ ਸ਼ੇਅਰ ਕਰਦੇ ਆ ਕਰੋ ਧੰਨਵਾਦ ਜੀ